ਕਾਦੀਆਂ ਦੇ ਪਿੰਡ ਡੱਲਾ ਕੋਟ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਚੋਰਾਂ ਵੱਲੋਂ ਗੁਰਦੁਆਰੇ ਦੇ ਗੁੱਲ ਅਤੇ ਇਨਵੇਟਰ ਦਾ ਬੈਟਰ ਚੋਰੀ ਕੀਤਾ ਗਿਆ। ਇਹ ਸਾਰੀ ਘਟਨਾ ਗੁਰਦੁਆਰੇ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਚੋਰ ਚੱਪਲਾਂ ਸਮੇਤ ਗੁਰਦੁਆਰੇ ਵਿੱਚ ਦਾਖਲ ਹੋਇਆ ਸੀ ਅਤੇ ਚੋਰੀ ਨੂੰ ਅੰਜਾਮ ਦਿੱਤਾ। ਹਾਂਜੀ, ਜਦ ਸੌਖੇ ਆਇਆ ਗ੍ਰੰਥੀ ਆਇਆ ਵੇ ਤੇ ਤਾਲਾ ਟੁੱਟਾ ਜੇ, ਹੁਣ ਸਾਨੂੰ ਸੂਚਨਾ ਦਿੱਤੀ ਹੈ ਬਈ ਆਹ ਲੁੱਟਮਾਰ ਇਸ ਲੋਕ ਹੋ ਗਈ ਜੇ, ਤੇ ਆਣ ਕੇ ਵੇਖਿਆ ਹਾਂ ਸਾਡਾ ਉੱਥੇ ਬੈਂਟਰਾ ਵੀ ਲਾ ਗਏ ਨੇ ਤੇ ਗੋਲਕ ਵੀ ਲਾ ਗਏ ਨੇ, ਚੱਪਲਾਂ ਥਾਈ ਅੰਦਰ ਗਏ ਨੇ, ਬੇਕਦਰੀ ਬਹੁਤ ਕੀਤੀ ਜੇ। ਹਾਂਜੀ, ਹਾਂ ਕੀ ਚਾਹੁੰਦੇ ਹੋ? ਹੁਣ ਚਾਹੁੰਦੇ ਨਸਾਬ ਚਾਹੀਦਾ ਸਾਨੂੰ, ਹੁਣ ਨਸਾਬ ਮਿਲ ਜੇ ਸਾਨੂੰ ਤੁਹਾਡੀ। ਸਵੇਰੇ 6 ਦਾ ਟਾਈਮ ਹੀ ਸਾਹਬੇ ਨੇ ਫੋਨ ਕੀਤਾ ਵੀ ਗੁਰਦੁਆਰੇ ਆਓ, ਗੁਰਦ ਸਾਹਿਬ ਦੀ ਚੋਰੀ ਹੋ ਗਈ ਆ। ਜਦੋਂ ਅਸੀਂ ਆਣ ਕੇ ਵੇਖਿਆ ਤੇ ਅੱਗੇ ਗੋਲਕ ਹੈ ਨਹੀਂ, ਗੋਲਕ ਤੋਂ ਬਾਅਦ ਆ ਇਨਵੇਟਰ ਅਤੇ ਬੈਟਰਾ ਉਹੀ ਹੈ ਨਹੀਂ, ਤਾਰਾਂ ਕੱਟੀਆਂ ਪਈਆਂ ਅਤੇ ਚੱਪਲਾਂ ਲੈ ਕੇ ਆਉਂਦੇ ਫਿਰਦੇ ਰਹੇ। ਸੀਡੀ ਇਹਨਾਂ ਵੇਖੀ ਹੈ ਸਾਰਿਆਂ, ਅਤੇ ਉਹਦੇ ਵਿੱਚ ਇਹਨਾਂ ਨੁਕਸਾਨ ਕਰਕੇ ਸਾਡਾ ਸਾਨੂੰ ਇਨਸਾਫ ਹੋਣਾ ਚਾਹੀਦਾ। ਸਖਤ ਤੋਂ ਸਖਤ ਇਹੋ ਜਿਹੇ ਚੋਰਾਂ ਨੂੰ ਫੜਨਾ ਚਾਹੀਦਾ। ਜਿਹੜਾ ਗੁਰੂ ਘਰ ਨੂੰ ਨਹੀਂ ਛੱਡਦਾ ਉਹਨੂੰ ਹੋਰ ਸਜ਼ਾ, ਇਹਨੂੰ ਵੱਧ ਕੀ ਕਰਨੀ ਚਾਹੀਦੀ? ਘਰ ਲੁੱਟੂਗਾ ਕੋਈ ਆਪ ਆਊਗਾ, ਹੁਣ ਗੁਰੂ ਘਰ ਸਾਂਝਾ ਵਾ, ਥੋੜ੍ਹੇ ਘਰ ਆ, ਪਈਆ 15-20 ਹਜ਼ਾਰ ਸਾਡਾ ਹੈਗਾ ਇਹ ਵਿੱਚ, ਉਹਦੇ ਵਿੱਚ ਨਾਲ ਹੀ ਲਾ ਕੇ ਗੋਲਕ ਬੜੀ ਤਗੜੀ ਛਰੀ ਚੁੱਕ ਕੇ ਲੈ ਗਏ। ਰਾਤ ਦੀ ਗੱਲ ਜੇ ਬੰਦ ਕਰਕੇ ਗੁਰਦੁਆਰਾ ਸਾਹਿਬ ਅਸੀਂ ਗੁਰਦੁਆਰੇ ਤੋਂ ਘਰਾਂ 'ਚ ਚੱਲ ਗਏ। ਬਾਰਿਸ਼ ਦਾ ਟਾਈਮ ਸੀ, ਸੁਬਹਾ ਗ੍ਰੰਥੀ ਆਪਣਾ ਉਹਦੀ ਬੇਟੀ ਨਹੀਂ ਠੀਕ, ਉਹ ਆਪਣੇ ਪਿੰਡ ਚਲੇ ਗਿਆ। ਜਦੋਂ ਸਵੇਰੇ ਵਾਪਸ ਆਇਆ, ਵਾਪਸ ਆਣ ਕੇ ਉਹਨੇ ਜਦੋਂ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਉਹਨੇ ਦਰਵਾਜ਼ਾ ਟੁੱਟਾ ਵੇਖਿਆ, ਜਿੰਦਰਾ ਜੋ ਲੋਕ ਸੀ। ਅੰਦਰ ਗਿਆ, ਅੰਦਰ ਵੇਖਿਆ ਗੋਲਕਾ ਨਹੀਂ, ਉਹ ਉੱਥੋਂ ਹੀ ਵਾਪਸ ਮੁੜ ਆਇਆ। ਉਹਨੇ ਆਪਣੇ ਸਾਰੇ ਨਗਰ ਵਾਲੀ ਸੰਗਤ ਨੂੰ ਸੱਦ ਕੇ ਇਕੱਲੇ ਇਕੱਲੇ ਨੂੰ ਫੋਨ ਕੀਤਾ, ਸੱਦਿਆ। ਜਦੋਂ ਆਣ ਕੇ ਵੇਖਿਆ ਵੀ ਇੱਥੇ ਚੋਰੀ ਹੋ ਚੁੱਕੀ ਹੈ, ਪਹਿਲਾਂ ਆਏ ਵੇਖੀ ਗੋਲਕਾ ਨਾ, ਫਿਰ ਗਏ ਫਿਰ ਇਨਵੇਟਰ ਵੀ ਹਨ, ਇਨਵੇਟਰ ਅਤੇ ਬੈਟਰਾ ਵੀ ਹਨ, ਇਹ ਤਿੰਨ ਚੀਜ਼ਾਂ ਅਤੇ ਜੁੱਤੀਆਂ ਸਮੇਤ ਹੀ ਅੰਦਰ ਫਿਰਦੇ ਰਹੇ ਆ। ਇਹਦੇ ਵਿੱਚ ਸਾਨੂੰ ਕਿ ਅਸੀਂ ਰਿਪੋਰਟ ਲਿਖਾਈ ਸੀ, ਦਰਜ ਕਰਾਈ ਵਾ, ਅਤੇ ਅਸੀਂ ਇਹੋ ਚਾਹੁੰਦੇ ਹਾਂ ਕਿ ਮਾੜੇ ਬੰਦੇ ਹਾਂ, ਛੋਟੇ ਘਰ ਹੀ ਆਪਣੀ, ਚਲੋ ਜਿੰਨੀ ਸ਼ਰਧਾ ਦੇ ਮੁਤਾਬਕ ਅਸੀਂ ਸੇਵਾ ਕਰਦੇ ਹਾਂ ਸਾਰੇ ਜਾਣੇ ਰਲ ਕੇ, ਅਤੇ ਉਸ ਦੇ ਵਿੱਚ ਅਸੀਂ ਇਹ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ ਮਿਲਿਆ ਜਾਵੇ।